ਸਤਿ ਸ੍ਰੀ ਅਕਾਲ ਜੀ। ਅਜੀਤ ਰੱਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਨਿੱਘਾ ਸਵਾਗਤ ਕਰਦਾ ਹਾਂ। ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਝਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ, ਚੋਣ ਜ਼ਾਬਤਾ ਲਾਗੂ। ਕਿਸਾਨ ਕਰਜ਼ ਮੁਆਫੀ ਦੇ ਦੂਜੇ ਗੇੜ ਦੇ ਪਹਿਲੇ ਸਮਾਗਮ ਵਿੱਚ 1 ਲੱਖ ਤੋਂ ਵੱਧ ਕਿਸਾਨਾਂ ਨੂੰ ਰਾਹਤ। ਸੁਨੀਲ ਜਾਖੜ ਦਾ ਸਵਾਲ, ਆਖਿਰ ਕਿੰਨਾ ਗੁਨਾਹਾਂ ਦੀ ਮੁਆਫੀ ਮੰਗਣ ਜਾ ਰਹੇ ਹਨ ਸੁਖਬੀਰ ਸਿੰਘ ਬਾਦਲ। ਕਸਬਾ ਹੰਡਿਆਇਆ ਨਜ਼ਦੀਕ ਧੁੰਦ ਕਾਰਨ ਵਾਪਰਿਆ ਹਾਦਸਾ, 2 ਪੁਲਿਸ ਮੁਲਾਜ਼ਮਾਂ ਦੀ ਮੌਤ। ਅਤੇ ਅਹਿਮਦਨਗਰ 'ਚ ਪ੍ਰੋਗਰਾਮ ਦੌਰਾਨ ਸਟੇਜ 'ਤੇ ਬੇਹੋਸ਼ ਹੋ ਕੇ ਡਿੱਗੇ ਨਿਤਿਨ ਗਡਕਰੀ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪੰਜਾਬ ਚੋਣ ਕਮਿਸ਼ਨ ਵੱਲੋਂ ਅੱਜ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਗਿਆ। ਸੂਬੇ 'ਚ 30 ਦਸੰਬਰ ਨੂੰ ਵੋਟਾਂ ਪੈਣਗੀਆਂ, 15 ਦਸੰਬਰ ਨੂੰ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ ਅਤੇ 19 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ, ਜਿਨ੍ਹਾਂ ਦੀ ਜਾਂਚ 20 ਦਸੰਬਰ ਨੂੰ ਕੀਤੀ ਜਾਵੇਗੀ। 21 ਦਸੰਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮੀ 4 ਵਜੇ ਤੱਕ ਜਾਰੀ ਰਹੇਗੀ। ਇਸੇ ਦਿਨ ਵੋਟਾਂ ਦੀ ਗਿਣਤੀ ਵੀ ਹੋਏਗੀ। ਉੱਥੇ ਹੀ 31 ਦਸੰਬਰ ਨੂੰ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਪੰਜਾਬ ਰਾਜ ਵਿੱਚ ਗ੍ਰਾਮ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਰਾਜ ਭਰ ਵਿੱਚ 13,276 ਪੰਚਾਇਤਾਂ ਨੇ। ਇਹ ਚੋਣਾਂ ਦੀ ਚੋਣ ਪ੍ਰਕਿਰਿਆ 15 ਦਸੰਬਰ ਨੂੰ ਸ਼ੁਰੂ ਹੋ ਜਾਵੇਗੀ। 15 ਦਸੰਬਰ ਨੂੰ ਨਾਮਜ਼ਦਗੀਆਂ ਦਾ ਪਹਿਲਾ ਦਿਨ ਹੋਵੇਗਾ ਔਰ ਇਹ ਨਾਮਜ਼ਦਗੀਆਂ ਦਾ ਅਖੀਰਲਾ ਦਿਨ 19 ਦਸੰਬਰ ਹੋਵੇਗਾ। 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 21 ਦਸੰਬਰ ਨੂੰ ਕਾਗਜ਼ ਵਾਪਸ ਲੈਣ ਅਤੇ ਸਿੰਬਲ ਅਲੋਟ ਕਰਨ ਦਾ ਦਿਨ ਮੁਕਰਰ ਹੋਵੇਗਾ। 30 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਪਾਈਆਂ ਜਾਣਗੀਆਂ। ਇਸ ਉਪਰੰਤ ਪੋਲਿੰਗ ਸਟੇਸ਼ਨ ਵਿੱਚ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਘੋਸ਼ਿਤ ਕੀਤੇ ਜਾਣਗੇ। ਅੱਜ ਦੇ ਇਸ ਐਲਾਨ ਤੋਂ ਮਗਰੋਂ ਪੰਜਾਬ ਵਿੱਚ ਮਾਡਲ ਕੋਡ ਆਫ ਕੰਡਕਟ ਵੀ ਲਾਗੂ ਹੋ ਗਿਆ ਹੈ, ਜੋ ਕਿ ਚੋਣ ਪ੍ਰਕਿਰਿਆ 31 ਦਸੰਬਰ ਤੱਕ ਜਾਰੀ ਰਹੇਗਾ। ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਲਈ ਪਟਿਆਲਾ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ ਮੁਆਫੀ ਦੇ ਦੂਜੇ ਗੇੜ ਦੇ ਪਹਿਲੇ ਸਮਾਗਮ ਵਿੱਚ ਕਿਸਾਨਾਂ ਸਿਰ ਚੜ੍ਹੇ ਕਮਰਸ਼ੀਅਲ ਬੈਂਕਾਂ ਦੇ ਕਰਜ਼ ਮੁਆਫ਼ ਕੀਤੇ। ਇਸ ਤੋਂ ਪਹਿਲਾਂ ਸਰਕਾਰ ਨੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਸਨ। ਦੂਜੇ ਗੇੜ ਵਿੱਚ ਤਕਰੀਬਨ 1,10,000 ਕਿਸਾਨਾਂ ਨੂੰ 1,771 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ। ਇਸ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਸਟੇਜ 'ਤੇ ਮੌਜੂਦ ਸਨ। ਇਹ ਦੂਸਰਾ ਸਾਡਾ ਪ੍ਰੋਗਰਾਮ ਹੈ। ਪਹਿਲੇ ਦੇ ਵਿੱਚ 1,815 ਕਰੋੜ ਰੁਪਇਆ 318,000 ਪਰਿਵਾਰਾਂ ਨੂੰ ਕੋਆਪਰੇਟਿਵ ਬੈਂਕਾਂ ਦਾ ਜਿਹੜਾ ਸੀਗਾ ਅਸੀਂ ਪੂਰਾ ਕਰ ਚੁੱਕੇ। ਅੱਜ 1,775 ਕਰੋੜ ਰੁਪਇਆ 1,09,000 ਮਾਰਜਨਲ ਫਾਰਮਰ ਕਮਰਸ਼ੀਅਲ ਬੈਂਕਾਂ ਦੇ ਉਹਨਾਂ ਦੇ ਅਸੀਂ ਅੱਜ ਇੱਥੇ ਰਾਹਤ ਮਿਲੇਗੀ। ਇਹ ਤਾਂ ਸਿਰਫ ਰਸਮ ਸੀ, ਰਸਮ ਅਦਾ ਕੀਤੀ ਹੈ। ਕੱਲ੍ਹ ਸਵੇਰ ਤੱਕ ਇਕੱਲੇ ਇਕੱਲੇ ਬੈਂਕ ਹੋਲਡਰ ਦੇ ਅਕਾਊਂਟ ਦੇ ਵਿੱਚ ਆ ਦੋ ਜਿਹੜਾ ਵੀ ਪੈਸਾ ਹੈ ਪਹੁੰਚ ਆਪਣੇ ਆਪ ਪਹੁੰਚ ਜਾਂਦਾ। ਜ਼ਮਾਨਾ ਕੱਲ ਹਾਲਾਤ ਬਦਲ ਗਏ ਨੇ, ਕੁਛ ਦੁਨੀਆ ਨੇ ਇਸ ਤਰੀਕੇ ਦਾ ਕੰਮ ਹੋ ਚੱਲ ਪਿਆ। ਚੰਗੀ ਗੱਲ ਹੈ। ਸਵੇਰ ਤੱਕ 1,09,000 ਸਾਰੇ ਜਿਹੜੇ ਬੰਦੇ ਮਾਰਦੇ ਸਟੇ ਨੇ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਪਹੁੰਚ ਪਾ ਰਹੇ ਨੇ। ਕਰਜ਼ਾ ਮਾਫ਼ ਨਹੀਂ ਕੀਤਾ ਗਿਆ ਜੀ, ਸਾਡਾ ਕਰਜ਼ਾ ਸਗੋਂ ਵਧਾਇਆ ਗਿਆ, ਕਿਉਂਕਿ ਕਿਸ਼ਤਾਂ ਦੇ ਵਿੱਚ ਕਦੇ 2 ਲੱਖ ਕਰਜ਼ਾ ਜਿਹੜਾ ਅੱਜ ਦਾ ਅਸੀਂ ਐਵਰੇਜ ਲਾਈਏ ਜਿੰਨਾ ਇਹਨਾਂ ਪੈਸਾ ਲਿਆਉਂਦਾ, 1,60,000 ਰੁਪਇਆ ਬਣਦਾ। ਜਦਕਿ ਇਹਨਾਂ ਨੇ ਵੋਟਾਂ ਵੇਲੇ ਗੁਟਕਾ ਸਾਹਿਬ 'ਤੇ ਹੱਥ ਧਰ ਕੇ ਕਿਹਾ ਸੀ ਅਸੀਂ ਸਮੁੱਚੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਾਂਗੇ। ਹੁਣ ਕਦੇ ਬੜਾ ਕਿਸਾਨ ਲੈਂਦਾ, ਕਦੇ ਛੋਟਾ ਕਿਸਾਨ ਲੈਂਦਾ। ਇਦੋਂ ਪਤਾ ਸਾਨੂੰ ਡਿਫਾਲਟਰ ਵਿਆਜ ਪੈ ਗਿਆ, ਕਿਉਂਕਿ ਅਸੀਂ ਪਹਿਲਾਂ ਇਨ ਟਾਈਮ ਲਿਮਿਟ ਭਰਦੇ ਸੀ, 4% ਵਿਆਜ 'ਤੇ ਅਸੀਂ ਕਰਜ਼ਾ ਮੋੜਦੇ ਸੀ। ਸਾਡਾ ਡਿਫਾਲਟਰ ਹੋਣ ਕਰਕੇ 8% ਵਾਧੂ ਵਿਆਜ ਪੈ ਗਿਆ ਸਾਨੂੰ, ਅਤੇ 1,60,000 ਤੋਂ ਵੱਧ ਤਾਂ ਸਾਨੂੰ 2-2 ਲੱਖ ਸਾਨੂੰ ਵਾਧੂ ਇੰਟਰਸਟ ਪੈ ਗਿਆ। ਇਹ ਸਾਡੇ ਨਾਲ ਖਿਲਵਾੜ ਕਰ ਰਿਹਾ,
एक रुजगार का टेंट ला लिया, किसी बंदे रुजगार नहीं मिले। आ मुंडा साडा बेरोजगारी के कैंप गया जी, आ फिरदा अजे तक इनू कोई रुजगार नहीं मिले, साढ़े नाल ड्रामे करते फिरते हैं, साडे जख्मां ते नून भड़कदा फिरदा। ये 2019 का तैयारी कर रहा पर इनू यह बेनीफिट मिलने तो खराब हो जाऊगा यह काम। चंडीगढ़ में अकाली दल से बोलदिया सुनील जाखड़ ने कहा कि कल अकाली दल के प्रधान सुखबीर सिंह बादल अकाल तख्त साहब सामने पेश होकर माफ़ी मंगन जा रहे हैं। उन्होंने कहा अकाली दल में माफ़ी मंगन बारे काफ़ी समय तो चर्चा चल रही थी। सुनील जाखड़ ने वक् वक् मुद्दे चुकते हुए सुखबीर सिंह बादल नूं सवाल किया कि वह आखिर किस गलती की माफ़ी मंगन जा रहे हैं, यह साफ करन। पंचायती चोणां ते बोलदिआं जाखड़ ने कहा कि चोणां अमन कानून नाल करवाईआं जाणगीआं। कल अकाली दल दे प्रधान सुखबीर सिंह जी बादल अकाल तख्त सामने पेश होकर माफ़ी मंगन चले। बहुत अरसे तो आ चर्चा चल रही सीगी भी अकाली दल ते अकाली दल दे आगू मन बना रहे हैं भी असी जाके माफ़ी मंगीए या ना मंगीए। बहुत बारी इन्होंने अपनी कोर कमेटी की मीटिंगां बुला बुला के अपने जिहड़े चहेते है उन्होंने नाल बैठ के सलाह की असी जाके माफ़ी मंगीए या ना मंगीए। मैं कई सवाल सुखबीर जी बादल तो पुछना चाहना, सुखबीर जी तुसी माफ़ी मंगन चले हो अकाल तख्त साहब ने साहब सामने या एहसान करन चले हो? की तुसी बैबल कलां दे अंदर कोटकपूरा दे अंदर गोली चलाण दी उत्थे निहत्थे सिंघां नूं मारन दी उस गलती दी माफ़ी मंगन चले हो? की तुसी पावन गुरु ग्रंथ साहब की बेअदबी करवाण दी जिहड़ी साजिश होई उहदे च मिली भगत दी माफ़ी मंगन चले हो? की तुसी डेरा मुखी दे नाल बंबे जाके सांठ गांठ कीती उहदी माफ़ी मंगन चले हो? की तुसी डेरा मुखी नूं अकाल तख्त साहब तों माफ़ी दवाई झूठी मूठी प्रैशर पा के उहदी माफ़ी मंगन चले हो? की तुसी डेरा मुखी दी फिल्म रिलीज़ कराउण वास्ते जिहड़ी उहनां नाल सांठ गांठ कीती वोटां दी नोटां दी उहदी माफ़ी मंगन चले हो? किहड़ी गल दी माफ़ी मंगन चले हो? इहनां गल्लां दा जवाब सुखबीर जी पहलां दे के उहदे बाद उत्थे जाओ। सवेर समय पई संघनी धुंद कारण बरनाला दे बठिंडा चंडीगढ़ कौमी राजमार्ग ते कस्बा हंडियाया नज़दीक होए सड़क हादसे विच दो पुलिस मुलाजमान दी मौत हो गई। जानकारी मुताबिक मलोड़ तो पटियाला सीएम ड्यूटी उपर अपनी कार ते जा रहे चार पुलिस मुलाजमान दी गड्डी अगे जा रहे ट्रक दे पिछे जा टकराई। यह हादसा इन्ना भयानक सी कि दो पुलिस मुलाजमान दी मौके उपर ही मौत हो गई, जिन्हां दी शनाख्त गुरमीत सिंह अते मलकीत सिंह वजों हुई है। रचपाल सिंह अते साधु सिंह नामे पुलिस मुलाजम गंभीर रूप विच जख्मी हो गए, जिन्हां नूं बरनाला दे सिविल हस्पताल विच दाखिल करवाया गया जिथों उन्हां नूं पटियाला रैफर कर दिता गया। पुलिस अधिकारियों ने दसिया कि हादसे के कारणों की जांच की जा रही है अते ट्रक चालक उपर मामला दर्ज करके बनती कानूनी कार्रवाई अमल विच लियांदी जा रही है। अज तड़के सवेरे तकरीबन 6:30 हड़ैया चौंक के नज़दीक बठिंडा तो संगरूर जिहड़ा जी टी रोड़ा उत्ते बहुत ही ज़्यादा मंदभागी घटना वापरी, जिदे विच चार ASI रैंक के मुलाजम जिन्हां दे विच ASI गुरमीत सिंह जी ते ASI मलकीत सिंह ते ASI साधु सिंह ते ASI रिशपाल सिंह जी सीगे, ये अपनी ड्यूटी दे लई पटियाले नूं जा रहे सी तां रस्ते दे विच एक बिजली घर के सामने मेन GT रोड के उत्ते ये रिटिज कार दे विच सवार सी ते इन्हां दी कार दे नाल ट्रक दे नाल इन्हां दी कार दा एक्सीडेंट हो गया। इहदे विचों जिहड़े ASI गुरमीत सिंह ते ASI मलकीत सिंह जिन्हां दी मौके ते मौत हो गई ते जिहड़े ASI साधु सिंह ते रिशपाल सिंह ये इंजर्ड हो गए, जिहड़े हुण इन्हां नूं रैफर करके आदेश हॉस्पिटल जिहड़े दाखल आ ते साढ़े जदों एक्सीडेंट की घटना पता लगन ते यकदम ही साढ़े मुलाजम ASI गुरसिमरत सिंह जिहड़े चौंकी इंचार्ज जिहड़े आया ते होर मुलाजमां दे नाल मौके ते पहुँच गए सी, उन्होंने बड़ी जद्दोजहद की पर फिर भी परमात्मा दे भाणे अगे इन्हां नूं बचाया नहीं जा सकिया। ट्रक ड्राइवर दे बरखिलाफ एक्सीडेंट दीआं सख्त धाराएं अधीन कार्रवाई अमल विच लिआंदी जा रही है। महाराष्ट्र के अहमदनगर च एक प्रोग्राम दौरान केंद्रीय मंत्री नितिन गडकरी बेहोश होकर स्टेज पर डिग पए।
इस दौरान सूबे दे राजपाल विद्या सागर राव भी उन्हां नाल मौजूद सन अते उन्हां ने स्टेज ते गडकरी नूं संभालिया। फिलहाल गडकरी नूं हस्पताल च दाखिल कराया गया है। हालांकि इस मगरों गडकरी दे दफ्तर ने ट्वीट करके जानकारी दित्ती कि उन्हां दी सेहत हुण ठीक है अते ओ अपने होर प्रोग्रामां च जा रहे हन। दस दईए कि गडकरी अहमदनगर च महात्मा फूले खेतीबाड़ी यूनिवर्सिटी विखे कॉन्वोकेशन च शामिल होण लई गए सन। गुरदासपुर विच बब्बेहाली पुल नज़दीक ट्रैक्टर अते मोटरसाइकिल दी टक्कर विच पति पत्नी अते एक बच्ची दी मौत हो गई। जानकारी अनुसार हरचोवाल नज़दीक पैंदे पिंड संतोख नगर दा रहण वाला वीरू अपनी पत्नी अते बच्ची नाल मोटरसाइकिल ते सवार होके किसे व्याह समागम विच शामिल होण लई जा रहा सी। इस दौरान बब्बेहाली पुल नज़दीक पहुंचे तां सामने तो आ रही रेत नाल भरी ट्रैक्टर ट्राली नाल उन्हां दी टक्कर हो गई। इस कारण मोटरसाइकिल सवार वीरू उसकी पत्नी और उसकी बच्ची की मौत हो गई। रूपनगर के चंडीगढ़ मार्ग से भट्ठा साहिब चौंक कोल टोहाना तो रूपनगर आ रही पंजाब रोडवेज की बस इनोवा गड्डी ते बजरी नाल भरे ट्रक विचाले टक्कर होने नाल भयानक हादसा वापर गया। हादसे में कोई जानी नुकसान होने बचा हो गया। बजरी नाल भरिया ट्रक पलट गया ते जिस विच बस जा टकराई। इस घटना का सीसीटीवी फुटेज सामने आया है। इस तो साफ पता चलता है कि बजरी नाल भरे ट्रक नूं तेज़ रफ्तार इनोवा कार ओवरटेक करन लगी सी पर मुड़न लग्या यह हादसा वापर गया। हादसे विच बस चालक दे मामूली सट्टां लगियां हन। लहरा गागा दे सुनाम मार्ग ते सवेर समय कई गावां मृतक अते जख्मी हालत विच मिलन नाल सनसनी फैल गई। सूचना मिलन ते मौके ते पहुंची पुलिस ने मृतक गावां नूं दफना दिता जबकि जख्मी गावां नूं इलाज लई गऊशाला हस्पताल विच भेज दिता। पुलिस मुताबिक कुछ लोग फसलां दे उजाड़े तो बचा लई आवारा पशुआं नूं फड़ के दूर छड्ड आउंदे हन। इसे तरह रात नूं कोई गावां नूं छड्ड आया होवेगा जिस नूं किसे वल्लों देखे जाण ते उस ने अपना वाहन भजा लिया। इस दौरान वाहन चों डिगण नाल कुछ गावां दी मौत हो गई होवेगी अते कई जख्मी हो गईआं होणगीआं। पुलिस ने मामला दर्ज करके जाँच शुरू कर दित्ती है। सवेरे 3:05 से साढ़े कुछ सेवादारा का फोन आया भी प्रधान जी शिवम कॉलेज लगे जोड़ा गऊँ 5-7 गऊँ मरिया पी नहीं 5-7 गऊँ तड़प रही नहीं उदो असी 4:15 नाल अपने जगवीर डॉक्टर जगवीर सिंह जी इंस्पैक्टर नाल लैके असी उत्थे गए जिद 6 गऊँ मरिया पीगियां 5 गऊँ उत्थे जाऊँदियाँ सगियां। पुलिस की तफतीश के मुताबिक ए लगे भी जिम्मे एक पिंड तो दूजे पिंड डंगरों लद के छड़ के आते हैं गे तो उन्होंने ट्राली ट्रूली कासे च गऊँ आईया उत्थे पता लग गया लोगों ने उन्होंने इस तरह ही डाला खोल के ब्रेक मार मार के गुआं डिगतिया कोटड़े तक गुआं वो डिगदियाँ गई कोटड़ा लेल तक जिद 7 गुआं सी उरे ज्यौदियाँ गऊशाला च लिया है 6 गुआं ते बल्द नहर दे लवे दफनाते पुलिस की हाजरी दे पोस्टमार्टम करा के इस सवेरे 3-4 इनफॉर्मेशन मिली सी कि हाईवे ते GT रोड ते कुछ गुआं मरी पईआं ने ते कुछ जख्मी हालत विच पईआं ने जिस ते असीं फौरी तौर ते अपनी टीम लैके मौके ते पहुंचे तो मौके पर जिहड़ी जख्मी गऊं सीगियां उन्हां नूं गऊशाला होस्पिटल दे विच जेरे इलाज भेजा गया तो जिहड़ी मरिया हुई सीगियां उन्हां नूं असी सड़क तो जिहड़ी अपनी ऑर्गेनाइजेशन हैगे ने अच्छे बंदे ने उन्हां दी मदद नाल चक के तो उन्हां नूं जिहड़ा उन्हां दा पोस्टमार्टम कराया गया। पोस्टमार्टम तो कराउण तो बाद उन्हां नूं दफनाया गया। इस दौरान असी केस रजिस्टर कर लिया है अणपछाते बंदियां ते तो जिहड़ी पड़ताल दौरान यह पाया गया कि यह किसी जिहड़ी आवारा पशु सीगे जो कि उजाड़े नूं रोकण लई एक दूजी थां तो एक दूजी थां छड्डदे फिरदे ने लोग तो कुछ इन्हां नूं रोकण लई भी पहरे लाउंदे ने ये कितें डाला खोल के उतारन की कोशिश करते होने तो उत्थे किसी ने देख लिया होना उत्थों उन्होंने गड्डी भजा ली तो वह डाला उहदा खुला रहा गड्डी का जिहदे कारण वो दो 3-3 करके गऊँ डिगदी रही पिछे छाला मारदी रही तो सड़क के बज बज के कुछ जख्मी हुई ने कुछ मर गई ने तो यह बड़ी घिनौनी हरकत का असी केस रजिस्टर कर लिया है रूटी एक्ट तहत ਤੇ ਜਿਹੜਾ ਅਸੀਂ ਸਖਤੀ ਨਾਲ ਇਹਦੀ ਪੜਤਾਲ ਕਰ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਇਹ ਗੱਲ ਯਕੀਨੀ ਬਣਾਈ ਗਈ ਹੈ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਬੱਚਿਆਂ ਨੂੰ ਚੰਗੀ ਖੁਰਾਕ ਮਿਲੇ। ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ ਪਾਇਲਟ ਪ੍ਰੋਜੈਕਟ ਤਹਿਤ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਮਾਰਕ ਫੈਡ ਦੇ ਉਤਪਾਦਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਪਾਇਲਟ ਪ੍ਰੋਜੈਕਟ ਦੀ ਸਮੀਖਿਆ ਦੇ ਆਧਾਰ 'ਤੇ ਅਗਲੇ ਕਦਮ ਚੁੱਕੇ ਜਾਣਗੇ। ਇਸ ਦੀ ਜਾਣਕਾਰੀ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸਰਦਾਰ ਗੁਰਸੰਦੀਪ ਸਿੰਘ ਨੇ ਫਤਿਹਗੜ੍ਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਤਕ ਵੰਡ ਪ੍ਰਣਾਲੀ ਆਂਗਨਵਾੜੀ ਸਕੀਮਾਂ ਅਤੇ ਮਿਡ ਡੇ ਮੀਲ ਸੰਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਹ ਆ ਵੀ ਜਿਹੜਾ ਬੱਚਿਆਂ ਨੂੰ ਫੂਡ ਆ ਵੀ ਉਹ ਹਾਈਜੈਨਿਕ ਹੋਵੇ
ਅਤੇ ਜਿਹੜੀ ਉਹਦੀ ਨਿਊਟ੍ਰੀਸ਼ਨ ਵੈਲਿਊ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਮੇਰਾ ਅੱਜ ਮੇਨ ਮਕਸਦ ਇਹ ਵੀ ਚੈੱਕ ਕਰਨ ਦਾ। ਬਾਕੀ ਸਾਰਾ ਜਿਹੜਾ ਜਿਹੜੀ ਅਸੀਂ ਕਣਕ ਵੰਡਦੇ ਹਾਂ ਲੋਕਾਂ ਨੂੰ ਦਾਲ ਆਟਾ ਸਕੀਮ ਦੇ ਤਹਿਤ, ਵੀ ਉਹ ਕਣਕ ਦਾ ਤਾਂ ਸੀਜ਼ਨ ਹੁਣ ਅੱਗੇ ਦਸੰਬਰ ਸ਼ੁਰੂ ਹੋਊਗਾ ਡਿਪੂਆਂ 'ਚ, ਅਤੇ ਸੋ ਮੇਨ ਤਾਂ ਇਸ ਟਾਈਮ ਮਿਡ ਡੇ ਮੀਲ ਦਾ ਅਤੇ ਆਂਗਣਵਾੜੀ ਦਾ ਖਾਣੇ ਦਾ ਹੀ ਆ। ਅਤੇ ਵੀ ਉਹ ਹੁਣ ਮੈਂ ਸਕੂਲਾਂ 'ਚ ਵਿਜ਼ਿਟ ਕਰਨ ਚੱਲਿਆ, ਅਤੇ ਵੀ ਉਹ ਪ੍ਰੋਪਰ ਜਿਹੜੀਆਂ ਗਾਈਡਲਾਈਨਸ ਨੇ ਗੌਰਮੈਂਟ ਦੀਆਂ, ਵੀ ਉਹਦੇ ਰਿਕਾਰਡਿੰਗ ਸਾਰਾ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਮੇਰਾ ਇਹ ਦੇਖਣ ਦਾ। ਮੀਟਿੰਗ 'ਚ ਇਹੀ ਹੋਇਆ ਜੀ ਵੀ ਇਹਨੂੰ ਬੈਟਰ ਤਰੀਕੇ ਨਾਲ ਕਿਵੇਂ ਚਲਾਇਆ ਜਾ ਸਕਦਾ, ਬੱਚਿਆਂ ਨੂੰ ਇਹਦਾ ਵੀ ਹਾਈਜੀਨਿਕ ਦਾ ਧਿਆਨ ਰੱਖਿਆ ਜਾਵੇ, ਨਿਊਟ੍ਰੀਸ਼ਨ ਦਾ ਧਿਆਨ ਰੱਖਿਆ ਜਾਵੇ, ਅਤੇ ਪ੍ਰੋਪਰ ਟਾਈਮ 'ਤੇ ਖਾਣਾ ਮਿਲੇ, ਅਤੇ ਇਹ ਚੀਜ਼ਾਂ ਦਾ ਮੀਟਿੰਗ ਮੇਨ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੰਮ੍ਰਿਤਸਰ ਵਿਖੇ ਹੋਈ ਬੈਠਕ ਵਿੱਚ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਅੰਮ੍ਰਿਤਸਰ ਤੋਂ ਜਗਨਨਾਥਪੁਰੀ ਲਈ ਰੋਜ਼ਾਨਾ ਵਿਸ਼ੇਸ਼ ਰੇਲ ਚਲਾਈ ਜਾਵੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਇਸ ਮੀਟਿੰਗ ਦੌਰਾਨ ਜਨਵਰੀ 'ਚ ਪੰਜਾਬ ਭਰ 'ਚ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ 13 ਜਨਵਰੀ ਤੋਂ ਸ਼ੁਰੂ ਕੀਤੇ ਜਾਣਗੇ। ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਗਈ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਗਨਨਾਥਪੁਰੀ ਤੱਕ ਰੋਜ਼ਾਨਾ ਇੱਕ ਟ੍ਰੇਨ ਚਲਾਈ ਜਾਵੇ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਨਾਲ ਜਿਹੜੇ ਸਾਰੇ ਸੰਬੰਧਿਤ ਸਥਾਨ ਨੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਚਰਨ ਪਏ ਨੇ, ਔਰ ਉਹਨਾਂ ਸਾਰਿਆਂ ਨੂੰ ਇੱਕ ਵਿਸ਼ੇਸ਼ ਟ੍ਰੇਨ ਨਾਲ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਸੰਗਤਾਂ ਦੇ ਦਰਸ਼ਨਾਂ ਲਈ ਸਾਰਿਆਂ ਨੂੰ ਉਹਨਾਂ ਨੂੰ ਗੁਰਦੁਆਰਾ ਸਾਹਿਬ ਨੂੰ ਟ੍ਰੇਨ ਰਾਹੀਂ ਜੋੜਿਆ ਜਾਵੇ ਤਾਂ ਕਿ ਖੁੱਲ੍ਹੇ ਦਰਸ਼ਨ ਦੁਆਰੇ ਸੰਗਤਾਂ ਕਰ ਸਕਣ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਵੀ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਇੱਕ ਅਸੀਂ ਪ੍ਰੋਗਰਾਮ ਕਮੇਟੀ ਬਣਾਈ ਜਾਊਗੀ, ਔਰ ਜਿਹੜੇ ਸਾਰੇ ਸਾਲ ਦੇ ਜਿੰਨੇ ਸਾਡੇ ਸਮਾਗਮ ਹੋਣਗੇ 550 ਸਾਲਾ ਗੁਰੂ ਨਾਨਕ ਦੇਵ ਸਾਹਿਬ ਦੇ ਪੁਰਬ ਸੰਬੰਧੀ, ਉਹਨਾਂ ਸੰਬੰਧੀ ਸਾਰੇ ਪ੍ਰੋਗਰਾਮਾਂ ਦੀ ਉਹ ਰੂਪ ਰੇਖਾ ਜਿਹੜੀ ਹੈ ਉਹ ਤਿਆਰ ਕਰੇਗੀ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਸਰਗਰਮ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ ਇਸ ਲਈ ਇੱਕ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਗਿਆ, ਜੋ ਪੰਜਾਬ ਦੇ ਜਿੰਨੇ ਸਾਡੇ ਸਾਰੇ ਹਲਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਉਹਨਾਂ ਸਾਰੇ ਹਲਕਿਆਂ ਦੇ ਵਿੱਚ ਇੱਕ ਦਿਨ ਸਾਡਾ ਉਹ ਨਗਰ ਕੀਰਤਨ ਜਿਹੜਾ ਹੈ ਉੱਥੇ ਸਾਰਾ ਕਵਰ ਕਰੂਗਾ, ਜਿੱਥੇ ਸਾਰੀਆਂ ਸੰਗਤਾਂ ਉਹਦੇ ਵਿੱਚ ਸਾਰੇ ਆਪਣੇ ਹਲਕੇ ਵਿੱਚ ਸ਼ਾਮਿਲ ਹੋਣਗੀਆਂ। ਸੋ ਇਸ ਕਰਕੇ ਇਸ ਵਾਰ ਅਸੀਂ ਜ਼ਿਲ੍ਹਾ ਵਾਰ ਕਮੇਟੀਆਂ ਦਾ ਵੀ ਗਠਿਤ ਕਰਾਂਗੇ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈੱਬ ਟੀਵੀ।